प्राप्ति हुई है ਜ਼ਿਲ੍ਹਾ ਤਰਨ ਤਾਰਨ ਜਿਹੜੀ ਹੈਗੀ ਆ ਪੁਲਿਸ ਦੇ ਵੱਲੋਂ ਜਿਹੜੀ ਹੈਗੀ ਇੱਕ ਹੈਵੀ ਰਿਕਵਰੀ ਕਮਰਸ਼ੀਅਲ ਕੁਆਂਟਿਟੀ ਦੀ ਓਪੀਐਮ ਦੀ ਕੀਤੀ ਗਈ ਆ। ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਦੇ ਜਿਹੜੀ ਚੱਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮਾਨਯੋਗ CM ਸਾਹਿਬ ਵੱਲੋਂ ਅਤੇ ਸਾਡੇ ਮਾਨਯੋਗ DGP ਸਾਹਿਬ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਨਸ਼ਿਆਂ ਦੇ ਖਿਲਾਫ਼ ਜਿਹੜੀ ਹੈਗੀ ਹੈ ਇੱਕ ਵੱਖਰੀ ਅਤੇ ਵੱਡੇ ਤੌਰ 'ਤੇ ਇੱਕ ਐਗਜ਼ੈਂਪਲਰੀ ਮੁਹਿੰਮ ਜਿਹੜੀ ਸਟਾਰਟ ਕੀਤੀ ਗਈ ਹੈ। ਸਾਡੇ ਮਾਨਯੋਗ ਡਿਪਟੀ CM ਸਾਡੇ ਹੋਮ ਮਿਨਿਸਟਰ ਸਾਹਿਬ ਵੱਲੋਂ ਜਿਹੜੀਆਂ ਇਹਦੇ ਸੰਬੰਧੀ ਸਾਨੂੰ ਗਾਈਡਲਾਈਨਸ ਦਿੱਤੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਪਾਉਣਾ ਹੈ। ਉਸ ਲੜੀ ਦੇ ਤਹਿਤ ਜਿਹੜੀ ਹੈਗੀ ਆ ਸਾਡੇ ਡਿਸਟ੍ਰਿਕਟ ਪੁਲਿਸ ਜਿਹੜੀ ਤਰਨ ਤਾਰਨ ਵੱਲੋਂ ਸਾਡੇ ਅਸੀਂ ਆ ਕੇ ਸਾਰਿਆਂ ਨੂੰ ਬਰੀਫ ਕੀਤਾ ਗਿਆ ਐਂਡ ਇਹਦੇ ਵਿੱਚ SP ਮਿਸਟਰ ਜਗਜੀਤ ਸਿੰਘ ਵਾਲੀਆ ਇਹਦੇ ਵਿੱਚ ਸਾਡੇ ਜਿਹੜੇ ਇੱਕ ਨਾਰਕੋਟਿਕ ਦੇ ਸਾਡੇ ਹੈਗੇ ਨੇ ਸੈੱਲ ਬਣੇ ਹੋਏ ਨੇ ਉਹਨਾਂ ਨੂੰ ਵੀ ਵਾਚ ਕਰਦੇ ਹਾਂ ਸਾਰਾ ਸੁਪਰਵਾਈਜ਼ ਕਰਦੇ ਹਾਂ। ਇਹਨਾਂ ਦੇ ਨਾਲ DSP ਜਿਹੜੇ ਹੈਗੇ ਸਾਡੇ ਸਿਟੀ DSPD ਐਂਡ ਸਾਡੇ ਜਿਹੜੇ CIA ਐਂਡ ਪਲੱਸ ਸਾਡੇ ਜਿਹੜੇ ਇੱਕ ਜਿਹਦੇ ਵਿੱਚ ਅੱਛਾ ਜਿਨ੍ਹਾਂ ਨੇ ਕੰਮ ਕੀਤਾ ASI ਹਰਪਾਲ ਸਿੰਘ ਐਂਡ ਸਾਡੇ SHO ਸਿਟੀ ਤਰਨ ਤਾਰਨ ਇਹ ਸਾਰੇ ਜਿਹੜਿਆਂ ਨੂੰ ਬਰੀਫ ਕੀਤਾ ਐਂਡ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਜਿਹੜੀ ਇਸ ਦੇ ਉੱਤੇ ਵਰਕਆਊਟ ਕੀਤਾ। ਇਹਦੇ ਵਿੱਚ ਦੋ ਵਿਅਕਤੀਆਂ ਨੂੰ ਅਸੀਂ ਜਿਹੜਾ ਅਰੈਸਟ ਕੀਤਾ ਆ ਜਿਨ੍ਹਾਂ ਤੋਂ 15 KG ਦੀ ਜਿਹੜੀ OPM ਹੈ ਇਹਨਾਂ ਤੋਂ ਰਿਕਵਰ ਕੀਤੀ ਆ। ਜਿਹੜੀ ਬੇਸਿਕ ਮੁੱਢਲੀ ਪੁੱਛਗਿੱਛ ਤੋਂ ਪਾਇਆ ਗਿਆ ਕਿ ਇਹ ਜਿਹੜੀ OPM ਹੈਗੀ ਆ ਫੀਮ ਹੈਗੀ ਆ ਰਾਜਸਥਾਨ ਏਰੀਆ ਦੇ ਵਿੱਚੋਂ ਲੈ ਕੇ ਆਉਂਦਾ ਸੀ। ਇਹਨਾਂ ਦੇ ਬੈਕਵਰਡ ਐਂਡ ਉਹ ਜਿਹੜੇ ਫਾਰਵਰਡ ਜਿਹੜੇ ਲਿੰਕੇਜ ਹੈਗੇ ਨੇ ਕਿੱਥੋਂ ਲੈ ਕੇ ਆਉਂਦੇ ਸੀ, ਕਿੱਥੇ ਐਗਜੈਕਟਲੀ ਇਹਨਾਂ ਨੇ ਕਿੱਥੇ ਸਪਲਾਈ ਕਰਦੇ ਸੀ, ਕਿਉਂਕਿ ਦਿਸ ਇਜ਼ ਅ ਹਿਊਜ ਕੁਆਂਟਿਟੀ ਅੱਗੇ ਕਿਹੜੇ ਕਿਹੜੇ ਦੇ ਕੰਜ਼ਿਊਮਰ ਕੌਣ ਨੇ ਜਾਂ ਕਿੱਥੇ ਜਾਣੀ ਹੈਗੀ ਸੀ ਉਹਦੀ ਅਸੀਂ ਜਿਹੜੀ ਹੈਗੀ ਆ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਇਹਦੇ ਵਿੱਚ। ਸਰ ਇਹਨਾਂ ਦੇ ਕੋਲ ਪਹਿਲਾਂ ਵੀ ਮਾਮਲੇ ਦਰਜ ਨੇ? ਇਹਨਾਂ ਦੇ ਜਿਹੜੇ ਕ੍ਰਿਮੀਨਲ ਕੇਸ ਜਿਹੜਾ ਹੈਗਾ ਫਿਲਹਾਲ ਦਰਜ ਹੋਣਾ ਨਹੀਂ ਪਾਇਆ ਗਿਆ ਪਿਛਲੇ, ਬਟ ਫਿਰ ਵੀ ਅਸੀਂ ਡੰਗਾਈ ਨਾਲ ਪੜਤਾਲ ਕਰ ਰਹੇ ਹਾਂ। ਕਈ ਗੱਲਾਂ ਕੋਈ ਕਈ ਵਾਰੀ ਸਾਡੇ ਤੋਂ ਦੋਸ਼ੀ ਜਿਹੜੇ ਹੁੰਦੇ ਆ ਕੰਸੀਲ ਕਰ ਦਿੰਦੇ ਆ, ਬਟ ਉਹ ਸਾਰਾ ਇਹਨਾਂ ਦਾ ਜਿਹੜਾ ਥਾਣਿਆਂ ਤੋਂ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਐਂਡ ਬਾਕੀ ਹੋਰ ਥਾਵਾਂ ਤੋਂ ਵੀ ਅਸੀਂ ਸਾਰਾ ਦੇਖ ਰਹੇ ਹਾਂ ਵੀ ਕੋਈ ਇਹਨਾਂ ਦੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ ਜਾਂ ਨਹੀਂ ਹੈ। ਬਟ ਹਾਲੇ ਤੱਕ ਦੀ ਜਿਹੜੀ ਹੈਗੀ ਤਫਤੀਸ਼ ਦੇ ਵਿੱਚ ਇਹਨਾਂ ਦੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਜਿਹੜੀ ਰਜਿਸਟਰਡ ਕੇਸਿਸ ਨਹੀਂ ਹੈ ਉਸ, ਕਿਉਂਕਿ ਡਿਟੇਲ 'ਚ ਕਰ ਰਹੇ ਹਾਂ ਇੰਨੀ ਵੱਡੀ ਰਿਕਵਰੀ ਜਿਹੜੀ ਹੋਈ ਹੈ ਕੋਈ ਫਸਟ ਟਾਈਮ ਜਿਹੜਾ ਕੋਈ ਕ੍ਰਿਮੀਨਲ ਉਹ ਨਹੀਂ ਕਰ ਸਕਦਾ, ਇਹਦੀ ਵੀ ਜਿਹੜੀ ਹੈਗੀ ਹੈ ਵਿਸ਼ੇਸ਼ ਤੌਰ 'ਤੇ ਜਾਂਚ ਕਰ ਰਹੇ ਹਾਂ।